ਆਕਾਸ਼ਵਾਣੀ ਜਲੰਧਰ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਦੇਸ਼ ਮਾਮਲੇ ਵਿਚ ਭਾਰਤ ਦਾ ਪ੍ਰਮੁੱਖ ਮਾਰਗਦਰਸ਼ਕ ਸਿਧਾਂਤ ਇਸਦਾ ਰਾਸ਼ਟਰੀ ਹਿੱਤ ਏ ਸੰਸਦ ਨੇ ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰ ਨਿਯੁਕਤੀ ਸੇਵਾ ਦੀਆਂ ਸ਼ਰਤਾਂ ਤੇ ਦਫ਼ਤਰ ਦੀ ਮਿਆਦ ਬਾਰੇ ਬਿੱਲ 2023 ਨੂੰ ਲੋਕ ਸਭਾ ਨੇ ਅੱਜ ਪ੍ਰਵਾਨਗੀ ਦੇ ਦਿੱਤੀ ਏ ਪੰਜਾਬ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਸਫ਼ਰ ਪੂਰੀ ਕਾਮਯਾਬੀ ਨਾਲ ਅੱਗੇ ਵਧ ਰਿਹਾ ਹੁਣ ਤੱਕ 3545 ਪੰਚਾਇਤਾਂ ਤੱਕ ਇਨ੍ਹਾਂ ਵੈਨਾਂ ਨੇ ਆਪਣੀ ਪਹੁੰਚ ਬਣਾਈ ਏ ਕਸ਼ਮੀਰ ਦੀ ਸਭ ਤੋਂ ਕਠੋਰ ਸਰਦੀ ਦੀ ਮਿਆਦ ਚਿੱਲਾਏ ਕਲਾਂ ਅੱਜ ਕਈ ਥਾਵਾਂ ਤੇ ਪਾਰਾ ਜਮਾਅ ਬਿੰਦੂ ਤੋਂ ਕਈ ਡਿਗਰੀ ਹੇਠਾਂ ਡਿੱਗਣ ਨਾਲ ਸ਼ੁਰੂ ਹੋ ਗਈ ਏ ਮਰਦਾਂ ਦੀ ਕ੍ਰਿਕਟ ਵਿਚ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਅੱਜ ਲੜੀ ਦਾ ਫੈਸਲਾ ਕੁੰਨ ਤੀਜਾ ਤੇ ਆਖਰੀ ਇਕ ਦਿਨ ਅੰਤਰਰਾਸ਼ਟਰੀ ਮੈਚ ਪਾਰਲ ਦੇ ਬੁਲੈਂਡ ਪਾਰਕ ਵਿਚ ਖੇਡਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਵਿਦੇਸ਼ ਮਾਮਲਿਆਂ ਵਿਚ ਭਾਰਤ ਦਾ ਪ੍ਰਮੁੱਖ ਮਾਰਗਦਰਸ਼ਕ ਸਿਧਾਂਤ ਇਸਦਾ ਰਾਸ਼ਟਰੀ ਹਿੱਤ ਏ ਬਰਤਾਨੀਆ ਆਧਾਰਿਤ ਫਾਈਨੈਂਸ਼ੀਅਲ ਟਾਈਮਸ ਨੂੰ ਦਿੱਤੇ ਇੰਟਰਵਿਊ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਪਹੁੰਚ ਭਾਰਤ ਨੂੰ ਵੱਖ ਵੱਖ ਦੇਸ਼ਾਂ ਨਾਲ ਇਸ ਤਰੀਕੇ ਨਾਲ ਜੁੜਨ ਦੇ ਯੋਗ ਬਣਾਉਂਦੀ ਏ ਜੋ ਆਪਸੀ ਹਿੱਤਾਂ ਦਾ ਸਨਮਾਨ ਕਰਦੀ ਹੋਵੇ ਅਤੇ ਸਮਕਾਲੀ ਪੂਰਾ ਸ਼ਕਤੀ ਦੇ ਗੁੰਝਲਾਂ ਨੂੰ ਸਵੀਕਾਰਨ ਵਾਲੀ ਹੋਵੇ ਉਨ੍ਹਾਂ ਨੇ ਵਿਦੇਸ਼ ਨੀਤੀ ਪ੍ਰਤੀ ਵਿਹਾਰਕ ਪਹੁੰਚ ਦੀ ਵਕਾਲਤ ਕੀਤੀ ਸ੍ਰੀ ਮੋਦੀ ਨੇ ਇਸ ਨੂੰ ਰਾਸ਼ਟਰੀ ਹਿੱਤਾਂ ਨਾਲ ਜੁੜੇ ਵਿਹਾਰਕ ਰੁਝੇਵਿਆਂ ਤੇ ਕੇਂਦਰਿਤ ਰਲਵੀਂ ਮਿਲਵੀਂ ਕੂਟਨੀਤੀ ਦਸਿਆ ਉਨ੍ਹਾਂ ਕਿਹਾ ਕਿ ਸੰਸਾਰ ਇਕ ਦੂਜੇ ਨਾਲ ਜੁੜਿਆ ਹੋਣ ਦੇ ਨਾਲ ਨਾਲ ਇਕ ਦੂਜੇ ਤੇ ਨਿਰਭਰ ਵੀ ਏ ਅਮਰੀਕਾ ਨਾਲ ਭਾਰਤ ਦੇ ਸਬੰਧਾਂ ਅਤੇ ਕੀ ਇਸ ਨੂੰ ਗਠਜੋੜ ਵਜੋਂ ਦੇਖਿਆ ਜਾ ਸਕਦਾ ਹੈ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਬੰਧਾਂ ਦੇ ਹੋਰ ਉਪਰ ਉਠਣ ਦੀ ਰਾਹ ਤੇ ਹੋਣ ਬਾਰੇ ਗੱਲ ਕਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਮਰੀਕਾ ਸਬੰਧ ਹੁਣ ਪਹਿਲਾਂ ਨਾਲੋਂ ਵਧੇਰੇ ਵਿਆਪਕ ਆਪਸ ਵਿਚ ਡੂੰਘੀ ਸਮਝ ਵਾਲੇ ਅਤੇ ਦੋਸਤੀ ਵਿਚ ਨਿੱਘੇ ਨੇ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਭਾਈਵਾਲੀ 21 ਸਦੀ ਵਿਚ ਦੁਨੀਆਂ ਨੂੰ ਬਿਹਤਰ ਬਣਾਏਗੀ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਵਿਚ ਭਾਰਤੀ ਨਾਗਰਿਕ ਦੀ ਕਥਿਤ ਭੂਮਿਕਾ ਦੇ ਅਮਰੀਕਾ ਦੇ ਦਾਅਵਿਆਂ ਤੇ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਕਿਸੇ ਵੀ ਸਬੂਤ ਦੀ ਘੋਖ ਕਰੇਗੀ ਉਨ੍ਹਾਂ ਕਿਹਾ ਕਿ ਸਾਡੀ ਵਚਨਬੱਧਤਾ ਕਾਨੂੰਨ ਦੇ ਨੇਮ ਪ੍ਰਤੀ ਏ ਉਨ੍ਹਾਂ ਕਿਹਾ ਕਿ ਕੁਝ ਘਟਨਾਵਾਂ ਦਾ ਅਮਰੀਕਾ ਭਾਰਤ ਸਬੰਧਾਂ ਤੇ ਕੋਈ ਅਸਰ ਨਹੀਂ ਹੋਏਗਾ ਭਾਰਤ ਅਮਰੀਕਾ ਰੱਖਿਆ ਸਨਅਤੀ ਸਹਿਯੋਗ ਦੀ ਸੰਭਾਵਨਾ ਤੇ ਸ੍ਰੀ ਮੋਦੀ ਨੇ ਕਿਹਾ ਕਿ ਜਨਰਲ ਇਲੈਕਟ੍ਰਿਕ ਦੁਆਰਾ ਜੰਗੀ ਜੈੱਟ ਇੰਜਨ ਬਣਾਉਣ ਦਾ ਫੈਸਲਾ ਭਾਰਤ ਦੇ ਰੱਖਿਆ ਖੇਤਰ ਦੀ ਯਾਤਰਾ ਵਿਚ ਇਕ ਮੀਲ ਪੱਥਰ ਸਾਬਤ ਹੋਏਗਾ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਵੱਲੋਂ ਦਸਤਖਤ ਕੀਤੇ ਗਏ ਆਰਟੇਮਿਸ ਸਮਝੌਤੇ ਨਾਲ ਪੁਲਾੜ ਖੇਤਰ ਵਿਚ ਕਈ ਸੰਭਾਵਨਾਵਾਂ ਖੁੱਲਣ ਜਾ ਰਹੀਆਂ ਨੇ ਇਜ਼ਰਾਈਲ ਹਮਾਸ ਯੁੱਧ ਤੇ ਉਨ੍ਹਾਂ ਨੇ ਦੋ ਰਾਜੀ ਹਾਲਤ ਤੇ ਗਾਜ਼ਾ ਨੂੰ ਮਾਨਵਤਾਵਾਦੀ ਸਹਾਇਤਾ ਪਹੁੰਚਾਉਣ ਤੇ ਭਾਰਤ ਦੇ ਰੁੱਖ ਦੀ ਰੂਪਰੇਖਾ ਦਿੱਤੀ ਸ੍ਰੀ ਮੋਦੀ ਨੇ ਖੇਤਰ ਵਿਚ ਸ਼ਾਂਤੀ ਕਾਇਮ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਇੰਟਰਵਿਊ ਨੇ ਆਲਮੀ ਮੰਚ ਤੇ ਭਾਰਤ ਦੀ ਸਰਗਰਮ ਭੂਮਿਕਾ ਨੂੰ ਵੀ ਛੋਇਆ ਜਿਸ ਵਿਚ ਵਾਇਸ ਆਫ਼ ਦੀ ਗਲੋਬਲ ਸਾਊਥ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਾ ਅਤੇ ਸਤੰਬਰ ਵਿਚ ਅਫਰੀਕੀ ਯੁਨੀਅਨ ਦੇ ਸਥਾਈ G20 ਮੈਂਬਰ ਵਜੋਂ ਸ਼ਾਮਲ ਹੋਣ ਲਈ ਕਾਮਯਾਬ ਵਕਾਲਤ ਕਰਨਾ ਸ਼ਾਮਲ ਏ ਪ੍ਰਧਾਨ ਮੰਤਰੀ ਮੋਦੀ ਨੇ ਲਗਾਤਾਰ ਤੀਜੀ ਵਾਰ ਅਹੁਦੇ ਤੇ ਵਾਪਸੀ ਦਾ ਭਰੋਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਾਥੀ ਨਾਗਰਿਕਾਂ ਨੂੰ ਇਹ ਅਹਿਸਾਸ ਹੋ ਗਿਐ ਕਿ ਦੇਸ਼ ਇਕ ਵੱਡੀ ਛਲਾਂਗ ਲਈ ਤਿਆਰ ਹੈ ਤੇ ਉਹ ਚਾਹੁੰਦੇ ਨੇ ਕਿ ਉਨ੍ਹਾਂ ਦੀਆਂ ਇੱਛਾਵਾਂ ਨੂੰ ਛੇਤੀ ਤੋਂ ਛੇਤੀ ਖੰਭ ਲੱਗਣ ਸ੍ਰੀ ਮੋਦੀ ਨੇ ਕਿਹਾ ਕਿ ਇਸ ਭਾਰਤ ਦੇ ਲੋਕਾਂ ਦੀਆਂ 10 ਸਾਲ ਪਹਿਲਾਂ ਦੀਆਂ ਆਸਾਂ ਨਾਲੋਂ ਬਹੁਤ ਵੱਖਰੀਆਂ ਆਸਾਂ ਨੇ ਸੰਸਦ ਨੇ ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰ ਨਿਯੁਕਤੀ ਸੇਵਾ ਦੀਆਂ ਸ਼ਰਤਾਂ ਤੇ ਦਫ਼ਤਰ ਦੀ ਮਿਆਦ ਬਾਰੇ ਬਿੱਲ 2023 ਨੂੰ ਲੋਕ ਸਭਾ ਨੇ ਅੱਜ ਪ੍ਰਵਾਨਗੀ ਦੇ ਦਿੱਤੀ ਏ ਰਾਜ ਸਭਾ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਦੇ ਚੁੱਕੀ ਏ ਇਹ ਬਿੱਲ ਚੋਣ ਕਮਿਸ਼ਨ ਚੋਣ ਕਮਿਸ਼ਨਰਾਂ ਦੀ ਸੇਵਾ ਦੀਆਂ ਸ਼ਰਤਾਂ ਤੇ ਕੰਮਕਾਜ ਬਾਰੇ ਕਾਨੂੰਨ 1991 ਦੀ ਥਾਂ ਲੈਂਦਾ ਏ ਇਹ ਮੁੱਖ ਚੋਣ ਕਮਿਸ਼ਨਰ ਸੀਈਸੀ ਅਤੇ
ਚੋਣ ਕਮਿਸ਼ਨਰਾਂ ਈਸੀ ਨਿਯੁਕਤੀ ਤਨਖਾਹ ਅਤੇ ਹਟਾਉਣ ਦੀ ਵਿਵਸਥਾ ਕਰਦਾ ਏ। ਬਿੱਲ ਦੇ ਪ੍ਰਬੰਧ ਸੀ ਈਸੀ ਅਤੇ ਚੋਣ ਕਮਿਸ਼ਨ ਦੀ ਨਿਯੁਕਤੀ ਇਕ ਚੋਣ ਕਮੇਟੀ ਦੀ ਸਿਫਾਰਿਸ਼ ਤੇ ਰਾਸ਼ਟਰਪਤੀ ਵੱਲੋਂ ਕੀਤੀ ਜਾਏਗੀ। ਚੋਣ ਕਮੇਟੀ ਵਿਚ ਪ੍ਰਧਾਨ ਮੰਤਰੀ, ਇਕ ਕੇਂਦਰੀ ਕੈਬਨਿਟ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜਾਂ ਲੋਕ ਸਭਾ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਸ਼ਾਮਲ ਹੋਣਗੇ। ਬਿੱਲ ਤੇ ਸੰਖੇਪ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਇਹ ਬਿੱਲ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਸਬੰਧ ਵਿਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਰੂਪ ਲਿਆਂਦਾ ਗਿਆ ਏ। ਉਨਾਂ ਕਿਹਾ ਕਿ ਕਾਨੂੰਨ ਤਹਿਤ ਕੇਂਦਰੀ ਕਾਨੂੰਨ ਸਕੱਤਰ ਦੀ ਅਗਵਾਈ ਵਾਲੀ ਖੋਜ ਕਮੇਟੀ ਚੋਣ ਕਮੇਟੀ ਨੂੰ ਨਾਵਾਂ ਦੇ ਇਕ ਪੈਨਲ ਦੀ ਤਜਵੀਜ਼ ਕਰੇਗੀ। ਸ੍ਰੀ ਮੇਘਵਾਲ ਨੇ ਕਿਹਾ ਕਿ ਸੀਈਸੀ ਅਤੇ ਚੋਣ ਕਮਿਸ਼ਨ ਦੀ ਤਨਖਾਹ ਸੁਪਰੀਮ ਕੋਰਟ ਦੇ ਜੱਜਾਂ ਦੇ ਬਰਾਬਰ ਹੋਏਗੀ। ਮੰਤਰੀ ਨੇ ਦਸਿਆ ਕਿ ਜੇਕਰ ਸੀਈਸੀ ਜਾਂ ਚੋਣ ਕਮਿਸ਼ਨ ਕੋਈ ਹੁਕਮ ਪਾਸ ਕਰਦੇ ਨੇ ਤਾਂ ਇਸ ਨੂੰ ਕਿਸੇ ਵੀ ਅਦਾਲਤ ਵਿਚ ਚੁਣੌਤੀ ਨਹੀਂ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਬਿੱਲ ਤੇ ਚਰਚਾ ਸ਼ੁਰੂ ਕਰਦੇ ਹੋਏ ਵੀਐਸਆਰ ਕਾਂਗਰਸ ਦੇ ਚਿੰਤਾ ਅਨੁਰਾਧਾ ਨੇ ਵਿਧਾਨ ਦਾ ਸਮਰਥਨ ਕਰਦੇ ਹੋਏ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਚੋਣ ਪ੍ਰਕਿਰਿਆ ਵਿਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੇਗਾ। ਭਾਜਪਾ ਦੇ ਡਾ ਸੰਜੇ ਜੈਸਵਾਲ ਨੇ ਕਿਹਾ ਕਿ ਬਿੱਲ ਦਾ ਉਦੇਸ਼ ਸੀਈਸੀ ਅਤੇ ਚੋਣ ਕਮਿਸ਼ਨ ਨੂੰ ਸੁਤੰਤਰ ਤੇ ਨਿਰਪੱਖ ਢੰਗ ਨਾਲ ਕੰਮ ਕਰਨ ਦੀ ਇਜਾਜ਼ਤ ਦੇਣਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪੰਜਾਬ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਸਫ਼ਰ ਪੂਰੀ ਕਾਮਯਾਬੀ ਨਾਲ ਅੱਗੇ ਵਧ ਰਿਹੈ। ਭਾਰਤ ਸਰਕਾਰ ਦੀਆਂ ਵੱਖ ਵੱਖ ਭਲਾਈ ਯੋਜਨਾਵਾਂ ਦਾ ਪਿੰਡ ਪੰਚਾਇਤਾਂ ਵਿਚ ਨਾ ਸਿਰਫ਼ ਪ੍ਰਚਾਰ ਕੀਤਾ ਜਾ ਰਿਹੈ ਬਲਕਿ ਇਸ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਜਾ ਰਹੀ ਏ। ਹੁਣ ਤੱਕ 3,545 ਪੰਚਾਇਤਾਂ ਤੱਕ ਇਨ੍ਹਾਂ ਵੈਨਾਂ ਨੇ ਆਪਣੀ ਪਹੁੰਚ ਬਣਾਈ ਏ। ਵੇਰਵੇ ਨਾਲ ਇਹ ਰਿਪੋਰਟ। ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪੰਚਾਇਤਾਂ ਵਿਚ ਪੁੱਜ ਰਹੀਆਂ ਵੈਨਾਂ ਨੇ ਆਪਣੀ ਪਛਾਣ ਮੋਦੀ ਦੀ ਗਰੰਟੀ ਵਾਲੀ ਵੈਨ ਵਜੋਂ ਬਣਾ ਲਈ ਏ। ਯਾਤਰਾ ਸਬੰਧੀ ਹੋਏ ਸਮਾਗਮਾਂ ਵਿਚ 550,000 ਤੋਂ ਵੱਧ ਲੋਕ ਸ਼ਾਮਲ ਹੋ ਚੁੱਕੇ ਨੇ ਅਤੇ ਇਨ੍ਹਾਂ ਨੇ ਨਾ ਸਿਰਫ਼ ਯੋਜਨਾਵਾਂ ਦੀ ਜਾਣਕਾਰੀ ਹੀ ਹਾਸਲ ਕੀਤੀ ਏ ਬਲਕਿ ਸਿਹਤ ਕੈਂਪਾਂ ਦਾ ਲਾਹਾ ਲੈਂਦਿਆਂ ਆਪਣੀ ਸਿਹਤ ਜਾਂਚ ਵੀ ਕਰਵਾਈ ਏ। 1,65,000 ਵਿਅਕਤੀਆਂ ਦੀ ਵੱਖ ਵੱਖ ਬਿਮਾਰੀਆਂ ਸਬੰਧੀ ਅਤੇ ਕੋਈ 76,000 ਵਿਅਕਤੀਆਂ ਦੀ ਟੀਬੀ ਰੋਗ ਬਾਰੇ ਜਾਂਚ ਕੀਤੀ ਗਈ ਏ। ਇਸ ਦੌਰਾਨ 98,000 ਤੋਂ ਵੱਧ ਆਯੁਸ਼ਮਾਨ ਭਾਰਤ ਕਾਰਡ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ਨੇ। ਹਰ ਦੇਸ਼ ਵਾਸੀ ਆਪਣੇ ਦੇਸ਼ ਨੂੰ 2047 ਤੱਕ ਵਿਕਸਿਤ ਭਾਰਤ ਵਜੋਂ ਵੇਖਣਾ ਚਾਹੁੰਦਾ ਏ ਅਤੇ ਇਸ ਵਿਚ ਆਪਣੇ ਕਿਸੇ ਵੀ ਤਰ੍ਹਾਂ ਦੇ ਯੋਗਦਾਨ ਲਈ ਪੂਰੇ ਉਤਸ਼ਾਹ ਨਾਲ ਸੰਕਲਪ ਵੀ ਲੈ ਰਿਹਾ ਏ। ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ। ਇਸ ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਜਾਗਰੂਕਤਾ ਸਮਾਗਮ ਕਰਾਏ ਜਾ ਰਹੇ ਨੇ। ਸਾਡੇ ਪੱਤਰਕਾਰ ਅਨੁਸਾਰ ਇਨ੍ਹਾਂ ਸਮਾਗਮਾਂ ਵਿਚ ਪਹੁੰਚ ਕੇ ਲੋਕ ਯੋਜਨਾਵਾਂ ਦੀ ਜਾਣਕਾਰੀ ਹਾਸਲ ਕਰਨ ਦੇ ਨਾਲ ਨਾਲ ਮੇਰੀ ਕਹਾਣੀ ਮੇਰੀ ਜ਼ੁਬਾਨੀ ਰਾਹੀਂ ਯੋਜਨਾਵਾਂ ਤੋਂ ਮਿਲ ਰਹੇ ਲਾਭ ਦੀ ਚਰਚਾ ਕਰਦਿਆਂ ਭਾਰਤ ਸਰਕਾਰ, ਖਾਸ ਤੌਰ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਨੇ। ਉਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਦੀ ਸਹੂਲਤ ਮੈਂ ਪਹਿਲਾਂ ਹੀ ਲੈ ਚੁੱਕੀ ਹਾਂ ਤੇ ਅੱਜ ਮੈਂ 1,00,000 ਦਾ ਲੋਨ ਬਿਨਾਂ ਕਿਸੇ ਗਰੰਟੀ ਤੋਂ ਲਿਆ ਹੈ। ਮੈਂ ਇਸ ਵਾਸਤੇ ਮੋਦੀ ਸਰਕਾਰ ਦੀ ਬਹੁਤ ਬਹੁਤ ਧੰਨਵਾਦੀ ਹਾਂ। ਅਸੀਂ ਧੰਨਵਾਦੀ ਹਾਂ ਮੋਦੀ ਸਾਹਿਬ ਦੇ ਜਿਨ੍ਹਾਂ ਨੇ ਕਿਸਾਨਾਂ ਬਾਰੇ ਸੋਚਿਆ। ਉਜਵਲਾ ਸਕੀਮ ਦੇ ਤਹਿਤ ਸਾਨੂੰ ਫ੍ਰੀ ਸਿਲੰਡਰ ਦਿੱਤਾ, ਸਾਡਾ ਗਰੀਬਾਂ ਦਾ ਭਲਾ ਕੀਤਾ। ਮੈਂ ਮੋਦੀ ਸਰਕਾਰ ਨੂੰ 1,00,000 ਧੰਨਵਾਦ ਕਰ। ਕਿਸਾਨ ਸਨਮਾਨ ਨਿਧੀ ਸਕੀਮ ਚੱਲ ਰਹੀ ਹੈ, ਮੈਨੂੰ ਉਹਦਾ ਫਾਇਦਾ ਮਿਲਿਆ। ਮੈਨੂੰ ਸਾਲ ਦੀਆਂ 3 ਕਿਸ਼ਤਾਂ ਮੇਰੇ ਖਾਤੇ ਵਿੱਚ ਆਈਆਂ। ਅਸੀਂ ਸਾਰੇ ਛੋਟੇ ਕਿਸਾਨ ਇਹ ਸਕੀਮ ਦਾ ਫਾਇਦਾ ਲੈ ਰਹੇ ਹਾਂ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਅਫਗਾਨਿਸਤਾਨ ਦੇ ਲੋਕਾਂ ਪ੍ਰਤੀ ਦੇਸ਼ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ ਏ। ਦੇਸ਼ ਲਈ ਲਗਾਤਾਰ ਅੰਤਰਰਾਸ਼ਟਰੀ ਧਿਆਨ ਅਤੇ ਸਮਰਥਨ ਦੀ ਲੋੜ ਤੇ ਜ਼ੋਰ ਦਿੱਤਾ ਜੋ ਪਹਿਲਾਂ ਹੀ ਦਹਿਸ਼ਤਗਰਦੀ ਤੇ ਕੁਦਰਤੀ ਆਫਤਾਂ ਵਰਗੇ ਰੁਕਾਵਟਾਂ ਦਾ ਮੁਕਾਬਲਾ ਕਰ ਰਿਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਅਫਗਾਨਿਸਤਾਨ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਅਫਗਾਨਿਸਤਾਨ ਨੂੰ ਸਮੱਗਰੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਏ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਤਰ ਵਿਚ ਭਾਰਤੀ ਸਮੁੰਦਰੀ ਫੌਜ ਦੇ 8 ਸਾਬਕਾ ਜਵਾਨਾਂ ਦੀ ਮੌਤ ਦੀ ਸਜ਼ਾ ਦਾ ਮੁੱਦਾ ਹੁਣ ਅਪੀਲ ਦੀ ਅਦਾਲਤ ਵਿਚ ਏ। ਕੈਨੇਡਾ ਦੇ ਮੁੱਦੇ ਤੇ ਸ਼ਿਵ ਬਾਗਚੀ ਨੇ ਉਮੀਦ ਪ੍ਰਗਟਾਈ ਕਿ ਕੈਨੇਡਾ ਅਜਿਹੇ ਕੱਟੜਪੰਥੀ ਤੱਤਾਂ ਤੇ ਕਾਰਵਾਈ ਕਰੇਗਾ ਜੋ ਉਨ੍ਹਾਂ ਦੇ ਦੇਸ਼ ਵਿਚ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਕਰ ਰਹੇ ਨੇ। ਜਲੰਧਰ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਸੈਂਕੜੇ ਵਰਕਰਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਉਪ ਰਾਸ਼ਟਰਪਤੀ ਖਿਲਾਫ਼ ਅਪਮਾਨਜਨਕ ਭਾਸ਼ਾ ਵਰਤਣ ਅਤੇ ਗਲਤ ਵੀਡੀਓ ਦੇ ਵਿਰੋਧ ਵਿਚ ਸ਼ਹੀਦ ਭਗਤ ਸਿੰਘ ਚੌਕ ਵਿਖੇ ਵਿਸ਼ਾਲ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਜਿਸ ਵਿਚ ਸੈਂਕੜੇ ਬੀਜੇਪੀ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਔਰਤਾਂ ਨੌਜਵਾਨਾਂ ਸੀਨੀਅਰ ਨੇਤਾਵਾਂ ਅਤੇ ਸਾਰੇ ਮੋਰਚਿਆਂ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਵਿਚ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੂਬਾ ਮੀਤ ਪ੍ਰਧਾਨ ਕੇ ਡੀ ਭੰਡਾਰੀ, ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਗਾ ਸਮੇਤ ਹੋਰ ਆਗੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕੋਰੋਨਾ ਵਾਇਰਸ ਦੀ ਓਮੀਕਰੋਨ ਸਟ੍ਰੇਨ ਨੂੰ ਦੀ ਇਕ ਉਪ ਕਿਸਮ ਦੇ ਤੇਜ਼ੀ ਨਾਲ ਵਧਣ ਕਾਰਨ ਇਸ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਸ਼੍ਰੇਣੀਬੱਧ ਕੀਤਾ ਗਿਐ। ਕਸ਼ਮੀਰ ਦੀ ਸਭ ਤੋਂ ਕਠੋਰ ਸਰਦੀ ਦੀ ਮਿਆਦ ਚਿੱਲਾਏ ਕਲਾ ਅੱਜ ਕਈ ਥਾਵਾਂ ਤੇ ਪਾਰਾ ਜਮਾਅ ਬਿੰਦੂ ਤੋਂ ਕਈ ਡਿਗਰੀ ਹੇਠਾਂ ਡਿੱਗਣ ਨਾਲ ਸ਼ੁਰੂ ਹੋ ਗਈ ਏ। ਚਿੱਲਾ ਕਲਾ 31 ਜਨਵਰੀ ਨੂੰ ਖਤਮ ਹੋਏਗੀ। ਮੌਸਮ ਵਿਭਾਗ ਨੇ ਪੱਲੇ ਜੰਮੂ ਕਸ਼ਮੀਰ, ਲੱਦਾਖ, ਗਿਲਗਿਤ ਬਾਲਟਿਸਤਾਨ, ਮੁਜ਼ਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਹਲਕੀ ਬਾਰਿਸ਼ ਤੇ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿਚ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਦਾ ਦੌਰ ਜਾਰੀ ਏ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਅੱਜ ਲੜੀ ਦਾ ਤੀਜਾ ਤੇ ਆਖਰੀ ਇਕ ਦਿਨਾਂ ਅੰਤਰਰਾਸ਼ਟਰੀ ਮੈਚ ਖੇਡਿਆ ਜਾ ਰਿਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦੇਸ਼ ਮਾਮਲਿਆਂ ਵਿਚ ਭਾਰਤ ਦਾ ਪ੍ਰਮੁੱਖ ਮਾਰਗਦਰਸ਼ਕ ਸਿਧਾਂਤ ਇਸਦਾ ਰਾਸ਼ਟਰੀ ਹਿੱਤ ਏ। ਸੰਸਦ ਦੇ ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰ ਨਿਯੁਕਤੀ ਸੇਵਾ ਦੀਆਂ ਸ਼ਰਤਾਂ ਤੇ ਦਫ਼ਤਰ ਦੀ ਮਿਆਦ ਬਾਰੇ ਬਿੱਲ 2023 ਨੂੰ ਲੋਕ ਸਭਾ ਵੱਲੋਂ ਪ੍ਰਵਾਨਗੀ ਦੇਣ ਬਾਅਦ ਪਾਸ ਕਰ ਦਿੱਤਾ ਏ। ਪੰਜਾਬ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਸਫ਼ਰ ਪੂਰੀ ਕਾਮਯਾਬੀ ਨਾਲ ਅੱਗੇ ਵਧ ਰਿਹਾ। ਹੁਣ ਤੱਕ 3545 ਪੰਚਾਇਤਾਂ ਤੱਕ ਇਨ੍ਹਾਂ ਵੈਨਾਂ ਨੇ ਆਪਣੀ ਪਹੁੰਚ ਬਣਾਈ ਏ। ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਖਤਮ ਹੋਈਆਂ।